ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਰਾਜ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਰਣਜੀਤ ਬਾਵਾ ਜੋ ਕਿ ਆਪਣੀ ਦਮਦਾਰ ਗਾਇਕੀ, ਲਾਈਵ ਪਰਫਾਰਮੈਂਸ ਅਤੇ ਚੱਕਵੇਂ ਗੀਤਾਂ ਲਈ ਜਾਣੇ ਜਾਂਦੇ ਹਨ, ਰੀਸੈਂਟਲੀ ਖਟਕੜ ਕਲਾਂ ਦੇ ਵਿੱਚ ਲਾਈਵ ਪਰਫਾਰਮੈਂਸ ਦੇ ਦੌਰਾਨ ਉਹਨਾਂ ਨੇ ਆਪਣੇ ਇੱਕ ਫੈਨ ਨੂੰ ਸਟੇਜ 'ਤੇ ਬੁਲਾ ਕੇ ਕੁਝ ਐਸੀਆਂ ਗੱਲਾਂ ਕੀਤੀਆਂ ਜੋ ਕਿ ਉਹਨਾਂ ਦੀ ਸਟਰਗਲਿੰਗ ਲਾਈਫ ਨੂੰ ਦਰਸਾਉਂਦੀਆਂ ਸਨ, ਨਾਲੋਂ ਨਾਲ ਸਟਰਗਲਰ ਆਰਟਿਸਟ ਲਈ ਆਪਣੀ ਸਪੋਰਟ ਵੀ ਸ਼ੋਅ ਕਰਦੀਆਂ ਸਨ। ਆਓ ਦੇਖਦੇ ਹਾਂ ਇਹ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਫੈਨ ਲਈ ਐਸਾ ਕੀ ਕੀਤਾ ਕਿ ਵੀਡੀਓ ਵਾਇਰਲ ਹੋ ਰਹੀ ਹੈ। ਛੋਟਾ ਸੀ ਬਾਬਾ ਜੀ, ਮੈਂ ਤਾਂ ਬੜਿਆਂ ਦੇ ਗੋਡੇ ਖਿੱਚੇ, ਪੈਂਟਾਂ ਖਿੱਚੇ, ਟਾਈਮ ਨਹੀਂ ਸੀ ਮਿਲਦਾ ਕਿਉਂਕਿ ਉਹਦਾ ਟਾਈਮ ਹੋਰ ਸੀ। ਪਰ ਮੈਨੂੰ ਮੇਰਾ ਉਸਤਾਦ ਕਹਿੰਦਾ ਸੀ ਬਹਿ ਕੇ ਵੇਖਿਆ ਕਰ ਕਲਾਕਾਰ ਕਰਦੇ ਕੀ ਆ, ਪਰ ਮੈਂ ਕਦੀ ਕਿਸੇ ਨੂੰ ਨਹੀਂ ਮੋੜਦਾ। ਮੈਨੂੰ ਇਹ ਹੁੰਦਾ ਪਤਾ ਨਹੀਂ ਕੱਲ੍ਹ ਨੂੰ ਕਿੰਨੇ ਕਦੋਂ ਸਟਾਰ ਬਣ ਜਾਣਾ, ਯੂ ਨੈਵਰ ਨੋ, ਰੱਬ ਕਦੋਂ ਕਿਹਦੇ ਦੀ ਮਿਹਰਬਾਨ ਹੋ ਗਈ, ਸਾਡੇ 'ਤੇ ਹੋਇਆ, ਤੁਹਾਡੇ ਅੱਗੇ ਤੋਂ ਵੀ ਹੋ ਗਈ। ਚੜ੍ਹਦੀ ਗੱਲ ਕਰੇ, ਖੁਸ਼ ਰਹਿ, ਆ ਜਾ ਹੁਣ ਸਾਹਮਣੇ ਆ ਜਾ, ਠੀਕ ਆ, ਖੁਸ਼ ਆ, ਚਲ।
रणजीत बावा की कीती गई ये सपोर्ट अते उना दे फैन दी परफॉर्मेंस तुहानू किदां दी लगी साडे कमेंट बॉक्स दे विच जाके जरूर दस्सियो। जुड़े रहो दैनिक सवेरा टीवी दे नाल।